ਸਕੂਲ ਵਾਲੇ ਨੂੰ ਸਰ ਤੁਸੀਂ ਕਹਿ ਪੁੱਛਿਆ ਮਤਲਬ ਫਿਰ ਕਿਵੇਂ ਸਕੂਲ ਦਾ ਕੀ ਰੋਲ ਰਿਹਾ ਤੁਸੀਂ ਵੀ ਜਾਣਦੇ ਹੋ ਕਿ ਜਲੰਧਰ ਦੇ ਇੱਕ ਮਸ਼ਹੂਰ ਸਕੂਲ ਤੋਂ ਦੋ ਲੜਕੀਆਂ ਗਾਇਬ ਹੋਈਆਂ ਸੀਗੀ 2 ਤਾਰੀਖ ਨੂੰ ਸ਼ਾਮ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਲੇਟ ਈਵਨਿੰਗ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਮਾਨਯੋਗ CP ਸਾਹਿਬ ਦੇ ਨਿਰਦੇਸ਼ਨ ਅਤੇ ਉਹਨਾਂ ਨੇ ਸਾਨੂੰ ਗਾਈਡ ਕੀਤਾ ਅਸੀਂ ਜਿਹੜੇ ਵੱਖ ਵੱਖ ਥਾਵਾਂ 'ਤੇ ਅਸੀਂ ਚੈਕਿੰਗ ਕਰਵਾਈ ਆ ਜਿਹੜੇ ਵੀ ਪਬਲਿਕ ਪਲੇਸਿਸ ਹੈਗੇ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਟਲਸ ਲੋਜ ਗੁਰਦੁਆਰਾ ਸਾਹਿਬ ਮੰਦਿਰ ਇਸ ਤੋਂ ਇਲਾਵਾ ਜਿਹੜੇ ਵੀ ਪੋਸੀਬਲ ਪਲੇਸਿਸ ਸੀ ਉੱਥੇ ਅਸੀਂ ਪੂਰੀ ਚੈਕਿੰਗ ਅਸੀਂ ਕਰਵਾਇਆ ਹੈਗਾ ਇਸ ਤੋਂ ਇਲਾਵਾ ਅਸੀਂ ਵੱਖ ਵੱਖ ਟੀਮਾਂ ਲਾ ਕੇ ਅਸੀਂ CCTV ਫੁਟੇਜ ਵੱਲੋਂ ਵੀ ਉਹਦੇ 'ਚ ਵੀ ਕੰਮ ਕੀਤਾ ਸੀ ਇਸ ਤੋਂ ਇਲਾਵਾ ਅਸੀਂ ਸਕੂਲ ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਕੀਤੀ ਉਹਦੇ ਬਾਕੀਆਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਅਸੀਂ ਜਿਹੜੇ ਹੈਗੇ ਇਹਦੇ 'ਚ ਅਸੀਂ ਮੈਕਸੀਮਮ ਕਪੈਸਿਟੀ ਨਾਲ ਜਿਹੜੇ ਹੈਗੇ ਜੋ ਮਲਟੀਪਲ SHOs ਜੋ ਹੈਗੇ ਟੈਕਨੀਕਲ ਹਿਊਮਨ ਇੰਟ 'ਤੇ ਅਸੀਂ ਲਏ ਸੀ ਤੋ ਸਾਨੂੰ ਹਿਊਮਨ ਇੰਟ ਤੋਂ ਹੀ ਪਤਾ ਚੱਲਿਆ ਬਾਅਦ 'ਚ ਕਿ ਬਈ ਇਹ ਕੁੜੀਆਂ ਦੀ ਲੋਕੇਸ਼ਨ J&K ਦੀ ਮਿਲੀ ਹੈ ਤੋ ਇਮੀਡੀਏਟਲੀ ਅਸੀਂ ਰਾਬਤਾ ਕਰਕੇ J&K ਪੁਲਿਸ ਦੇ ਸਹਿਯੋਗ ਨਾਲ ਇਹਨਾਂ ਕੁੜੀਆਂ ਨੂੰ ਡਿਸਟ੍ਰਿਕਟ ਰਿਆਸੀ ਤੋਂ ਅਸੀਂ ਉਹਨਾਂ ਨੂੰ ਰਿਕਵਰ ਕੀਤਾ ਹੈਗਾ ਦੇਖੋ ਇਹਦਾ ਤਾਂ ਐਜ ਆਫ ਨਾਓ ਕੁੜੀਆਂ ਜਸਟ ਆਈ ਹੈਗੀ ਬਾਕੀ ਜਿਹੜਾ ਤਫਤੀਸ਼ ਦਾ ਸਬਜੈਕਟ ਹੈ ਕਿ ਤਫਤੀਸ਼ 'ਚ ਸਾਹਮਣੇ ਆਏਗਾ ਕਿ ਵੀ ਕੀ ਕਿਸ ਹਿਸਾਬ ਨਾਲ ਦੇਖੋ ਪ੍ਰਾਈਮਾ ਫਿਸਾਈ ਤੋਂ ਇਹੋ ਜਿਹੀ ਕੋਈ ਗੱਲ ਸਾਹਮਣੇ ਨਹੀਂ ਆਈ ਲੜਕੀਆਂ ਆਪਣੀ ਮਰਜ਼ੀ ਨਾਲ ਹੀ ਜਿਹੜੀ ਗਈ ਸੀਗੀ ਬਟ ਚੂੰਕਿ ਤੁਸੀਂ ਵੀ ਜਾਣਦੇ ਹੋਗੇ ਕਿ ਇਹਦੇ 'ਚ ਜਿਹੜਾ ਵੀ ਲੀਗਲ ਪ੍ਰੋਸੈਸ ਐਂਡ ਦੇ ਅਕੋਰਡਿੰਗ ਅਸੀਂ ਜਿਹੜੀ ਕਾਰਵਾਈ ਬਣਦੀ ਹੈਗੀ ਅਸੀਂ ਉਸ ਹਿਸਾਬ ਨਾਲ ਜਿਹੜਾ ਹੈਗਾ ਕਾਰਵਾਈ ਕੀਤੀ ਹੈਗੀ ਹਾਂਜੀ 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 ਵੀ ਐਜ ਆਫ ਨਾਓ ਅਸੀਂ ਉਹਨਾਂ ਨੂੰ ਜੁਵੇਨਾਈਲ ਕੋਰਟ 'ਚ ਪੇਸ਼ ਕਰਾਂਗੇ ਉਸ ਤੋਂ ਬਾਅਦ ਜਿਹੜਾ ਹੈਗਾ ਪੈਰੈਂਟਸ ਦੇ ਜਿਹੜੀ ਸਪੁਰਦਗੀ ਹੈ ਉਹ ਕਰਦਾ ਅਤੇ ਦੋਨੋਂ ਸਕੂਲ ਦੀ ਹਾਂ ਦੋਨੋਂ ਸਕੂਲ ਦੀ ਇੱਕ ਹੀ ਕਲਾਸ 'ਚ ਪੜ੍ਹਨ ਵਾਲੀ ਰਿਕਵਰ ਕਰਕੇ ਇੱਥੇ ਲਿਆ ਹੈ ਬਾਅਦ ਚੋ ਜਿਹੜਾ ਪੁੱਛਗਿੱਛ ਆਏਗੀ ਉਹਦੇ 'ਚ ਅਕੋਰਡਿੰਗਲੀ ਅਸੀਂ ਕਰਾਂ ਸਕੂਲ ਪ੍ਰਸ਼ਾਸਨ ਨੂੰ ਸਕੂਲ ਪ੍ਰਸ਼ਾਸਨ ਨੂੰ ਇਨਫੋਰਮ ਕਰ ਦਿੱਤਾ ਪਰ ਸਕੂਲ ਦੇ ਜਿਹੜੇ ਐਡਮਿਨਿਸਟ੍ਰੇਟਰ ਹੈ ਉਹਨਾਂ ਨੂੰ ਪੁੱਛ ਲਾ ਦੇਖੋ ਇਹ ਹਿਊਮਨ ਇੰਟ ਦੇ ਅਕੋਰਡਿੰਗ ਹਿਊਮਨ ਐਂਡ ਟੈਕਨੀਕਲ ਇੰਟ ਦੇ ਆਓ ਆਜੋ ਆਜੋ